ਪੰਜਾਬੀ ਇੰਡਸਟਰੀ ਦੇ ਸਭ ਤੋਂ ਐਂਟਰਟੇਨਿੰਗ ਤੇ ਮਸਤੀ ਭਰੇ ਸ਼ੋਅ ਦੇ ਵਿੱਚ ਮੈਂ ਯਾਨੀ ਕਿ ਜਸਪਿੰਦਰ ਚੀਮਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਇਸ ਘੈਂਟ ਜਿਹੇ ਸ਼ੋਅ ਦਾ ਨਾਂ ਹੈ ਪੰਜਾਬੀਜ਼ ਦਿਸ ਵੀਕ। ਪੰਜਾਬੀਆਂ ਦੇ ਦਿਲ ਦੇ ਹੈ ਜੋ ਨੇੜੇ ਜਿੱਥੇ ਐਂਟਰਟੇਨਮੈਂਟ ਦੇ ਤੁਹਾਨੂੰ ਮਿਲਦੇ ਨੇ ਗੇੜੇ ਤੇ ਮਸਤੀ ਦੇ ਨਾਲ ਭਰੇ ਹੁੰਦੇ ਨੇ ਜਿਹੜੇ ਉਹ ਮੈਂ ਪਤਾ ਕਿਹੜੇ ਸ਼ੋਅ ਦੀ ਗੱਲ ਕਰ ਰਹੀ ਹਾਂ, ਗੈਸ ਕਰੋ। ਸਹੀ ਕਿਹਾ ਜੀ, ਪੰਜਾਬੀਜ਼ ਦਿਸ ਵੀਕ ਦੀ। ਦੋਸਤੋ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਆਪਣੇ ਸ਼ੋਅ ਦੀ ਸ਼ੁਰੂਆਤ ਕਰਨੀ ਹੈ ਜੀ ਵਰਲਡ ਵਾਈਡ ਬਸੇ ਖਾਸ ਪੰਜਾਬੀਆਂ ਦੀਆਂ ਖਾਸ ਅਪਡੇਟਸ ਦੇ ਨਾਲ, ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਾਂਗੀ ਪੰਜਾਬੀ ਟੈਲੀਵਿਜ਼ਨ ਤੇ ਹਿਸਟਰੀ ਕ੍ਰੀਏਟ ਕਰਨ ਵਾਲੇ ਸ਼ੋਅ ਇੱਕ ਕਹਾਣੀ ਦੀ ਅਗਲੀ ਕਹਾਣੀ ਇੱਕ ਟਿਕਟ ਰਾਮਪੁਰਾ ਫੂਲ ਦੀ ਮੇਕਿੰਗ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਟੇਸਟ ਕਰਾਵਾਂਗੀ ਜੀ ਇੱਕ ਸਪੈਸ਼ਲ ਡਿਸ਼, ਉਸ ਤੋਂ ਬਾਅਦ ਤੁਹਾਡੀ ਖਾਸ ਮੁਲਾਕਾਤ ਕਰਾਵਾਂਗੀ ਮਿਊਜ਼ਿਕ ਇੰਡਸਟਰੀ ਦੀ ਖਾਸ ਪਰਸਨੈਲਿਟੀ ਦੀਪਕ ਬਾਲੀ ਦੇ ਨਾਲ, ਤੇ ਉਸ ਤੋਂ ਬਾਅਦ ਨਿੱਕੇ ਨਿੱਕੇ ਸ਼ੈਫ ਦਾ ਨਿੱਕੇ ਨਿੱਕੇ ਹੱਥਾਂ ਦਾ ਜਲਵਾ ਦੇਖਣ ਨੂੰ ਮਿਲੇਗਾ। ਚਲੋ ਫਿਰ ਅਸੀਂ ਕਰਦੇ ਹਾਂ ਸਟਾਰਟ। ਦੋਸਤੋ, ਹੁਣ ਗੱਲ ਕਰਦੇ ਹਾਂ ਇੱਕ ਵਰਲਡ ਰਿਕਾਰਡ ਦੀ। ਐਕਚੁਅਲੀ ਦਿੱਲੀ ਦੇ ਵਿੱਚ ਪਿਛਲੇ ਹਫ਼ਤੇ ਹੋਏ ਵਰਲਡ ਫੂਡ ਇੰਡੀਆ ਦੇ ਵਿੱਚ ਸੈਂਟਰ ਆਫ ਅਟਰੈਕਸ਼ਨ ਰਹੀ ਜੀ ਖਿਚੜੀ। ਜੀ ਹਾਂ, ਅਤੇ ਇਸ ਈਵੈਂਟ ਦੇ ਵਿੱਚ ਸਭ ਤੋਂ ਘੱਟ ਸਮੇਂ ਦੇ ਵਿੱਚ 918 ਕਿਲੋਗ੍ਰਾਮ ਖਿਚੜੀ ਬਣਾ ਕੇ ਇੱਕ ਰਿਕਾਰਡ ਕਾਇਮ ਕੀਤਾ ਗਿਆ, ਅਤੇ ਇਹ ਰਿਕਾਰਡ ਪਤਾ ਕਿੱਥੇ ਦਰਜ ਹੋਇਆ? ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ। ਹੈ ਨਾ ਕਮਾਲ ਵਾਲੀ ਗੱਲ, ਮੈਂ ਕਿਹਾ ਜੀ ਸਾਡੀਆਂ ਖਿਚੜੀ ਤਾਂ ਹੁਣ ਬਣ ਗਈ ਹੈ ਸੁਪਰ ਫੂਡ। तो ये स्वास्थ्य का एक नया मंत्र है पूरी दुनिया के लिए, भारत की खिचड़ी, और वो वर्ल्ड फूड इंडिया में पूरी दुनिया को भारत की ओर से एक उपहार दिया जा रहा है। विश्व पटल पर एक वर्ल्ड रिकॉर्ड के रूप में प्रस्तुत किया जा रहा है, उसके लिए हम बादल बहन का और फूड प्रोसेसिंग मिनिस्ट्री का, प्रधानमंत्री मोदी जी का बहुत बहुत अभिनंदन करते हैं कि आज खिचड़ी का एक वर्ल्ड रिकॉर्ड यहाँ से कायम हो रहा है। ये बहुत बड़ी बात है। खिचड़ी एक वो चीज जो हर एक हिंदुस्तानी ने सेवन करी है, और अभी ये डेनमार्क के मंत्री जो हमारे पार्टनर कंट्री हैं, वो कह रहे इतना इसे खुशबू आ रही है कि मैं खाने के लिए उत्साहित हूँ। तो अब ये खिचड़ी ये भी खाएंगे और इनके जैसे तमाम विदेशी खाएंगे, और आम घरों के पकने वाली ये खिचड़ी दुनिया में धूम मचाने की तैयारी में आज है। आज दिल्ली भर के गरीब परिवारों में एक लंगर के तौर से वॉलंटियर्स के राही बंटवाई जाएगी, तो ये भी एक शुभ दिन पे एक शुभ काम। ਦੋਸਤੋ, ਇੰਡੀਆ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਖੇਤਰ ਦੇ ਵਿੱਚ ਪੰਜਾਬ ਨੂੰ ਬਹੁਤ ਵੱਡੀ ਇਨਵੈਸਟਮੈਂਟ ਮਿਲੀ ਹੈ। ਜਿੱਥੋਂ ਤੱਕ ਸਾਨੂੰ ਪਤਾ ਜੀ, ਮੈਗਾ ਇੰਟਰਨੈਸ਼ਨਲ ਈਵੈਂਟ ਦੇ ਵਿੱਚ ਵੱਖ ਵੱਖ ਕੰਟਰੀਜ਼ ਦੇ ਰਿਪ੍ਰੈਜੈਂਟੇਟਿਵਸ ਦੇ ਨਾਲ 36 ਸਮਝੌਤਿਆਂ ਦੇ ਉੱਤੇ ਹਸਤਾਕਸ਼ਰ ਕੀਤੇ ਗਏ, ਅਤੇ 3,000 ਕਰੋੜ ਦੀ ਇਨਵੈਸਟਮੈਂਟ ਕੀਤੀ ਗਈ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਇਨਵੈਸਟਮੈਂਟ ਦੇ ਨਾਲ ਪੰਜਾਬ ਦੇ ਯੂਥ ਨੂੰ 11,000 ਨੌਕਰੀਆਂ ਵੀ ਮਿਲਣਗੀਆਂ। ਹੈ ਨਾ ਕਮਾਲ ਵਾਲੀ ਗੱਲ, ਅਤੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਇਸ ਈਵੈਂਟ ਨੂੰ ਔਰਗਨਾਈਜ਼ ਕੀਤਾ, ਸਾਰੇ ਔਰਗਨਾਈਜ਼ਰਸ ਨੂੰ ਸਾਡੇ ਵੱਲੋਂ ਥੈਂਕ ਯੂ। ਦੋਸਤੋ, ਕੁਝ ਮਹੀਨੇ ਪਹਿਲਾਂ ਕ੍ਰਿਕਟ ਵਰਲਡ ਕੱਪ ਦੇ ਵਿੱਚ ਕੁੜੀਆਂ ਨੇ ਕਮਾਲ ਕਰ ਦਿੱਤੀ ਸੀ, ਅਤੇ ਹੁਣ ਮੈਂ ਕਿਹਾ ਜੀ ਹਾਕੀ ਦੇ ਵਿੱਚ ਵੀ ਕੁੜੀਆਂ ਛਾਈਆਂ ਹੋਈਆਂ ਨੇ। ਵਿਮੈਨ ਹਾਕੀ ਟੀਮ ਨੇ ਏਸ਼ੀਆ ਕੱਪ ਦੇ ਫਾਈਨਲਸ ਦੇ ਵਿੱਚ ਚਾਈਨਾ ਨੂੰ 5-4 ਦੇ ਨਾਲ ਹਰਾ ਕੇ ਇਹ ਜਿੱਤ ਆਪਣੇ ਨਾਮ ਦਰਜ ਕੀਤੀ ਹੈ। ਸਾਡੇ ਸਾਰਿਆਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਅਤੇ ਸਾਡੇ ਸਾਰਿਆਂ ਵੱਲੋਂ ਵਿਮੈਨ ਹਾਕੀ ਟੀਮ ਨੂੰ ਸਲਾਮ ਹੈ। ਅਪਡੇਟ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਨਾ, ਉਹਨੂੰ ਸੁਣ ਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਮਾਣ ਮਹਿਸੂਸ ਹੋਵੇਗਾ। ਗੱਲ ਇੱਦਾਂ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ 'ਤੇ ਈਸਾਈਆਂ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫ੍ਰਾਂਸਿਸ ਨੇ ਪੂਰੀ ਸਾਧ ਸੰਗਤ ਨੂੰ ਮੁਬਾਰਕਾਂ ਦਿੱਤੀਆਂ, ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ।
फ्रांसिस दीआं वधाईआं दे नाल नाल यूएस दे डिप्टी चीफ अंबैसडर भी इस पवित्र दिहाड़े ते साहिब श्री हरिमंदर साहिब पहुंचे। उत्थे उन्हां ने शब्द कीर्तन सुनिया ते नाल संगत दे नाल बैठ के लंगर भी छकिया ते पूरी साध संगत नूं इस पवित्र दिहाड़े दीआं मुबारकां दित्तीआं। दोस्तों, पंजाब दे शहर कपूरथला दे नेड़ले पिंड ढुड्डीवाल दे अमनदीप सिंह नूं एज अ स्पोर्ट्स प्रमोटर इंग्लैंड दे विच ऑनर कीता गया। उन्हां नूं इह ऑनर उन्हां दी स्पोर्ट्स दे प्रति लगन ते बहुत सारे खिडारियों नूं स्पोर्ट्स लई तैयार करके दित्ती गई उन्हां दी कंट्रीब्यूशन दे लई दित्ता गया। इह अवार्ड हासिल करदे अमनदीप सिंह ने सारिआं नूं इक्को संदेश दित्ता कि हर यूथ दे सिर ते सिर्फ इक्को नशा होना चाहीदा जी, स्पोर्ट्स दा नशा। जी हाँ, उन्हां दी सोच नूं सलाम है। दोस्तों, इन्हां सारियां अपडेट्स तों बाद हुण वेला हो गया जी एक निक्की जिही ब्रेक दा, पर तुसीं किते ना जायो क्योंकि ब्रेक तों बाद मैं तुहाडी मुलाकात कराणी है स्पैशल परसनैलिटी दे नाल जिन्हां दा नाम है दीपक बाली। जी हाँ, उस तों बाद मैं तुहानूं लै के चलांगी एक कहानी दी अगली कहानी, एक टिकट रामपुरा फूल दी मेकिंग ते उस तों बाद करावांगी तुहानूं टेस्ट, मैं कहा जी एक स्पैशल डिश, उस तों बाद देखांगे निक्के निक्के शेफ दा निक्के निक्के हत्थां दा जलवा। सो बहुत कुछ बाकी है, मिलदे हां इक निक्की जिही ब्रेक तों बाद। दोस्तों, ब्रेक तो बाद थोड़ा सारे का स्वागत है थोड़े अपने घंट जे शो दे विच जिहदा नाम है पंजाबीज दिस वीक। तो हुण वेला हो गया जी अज दे स्पैशल गैस्ट दे नाल खास मुलाकात करन दा। तो चलो फिर तुसी मेरे नाल वेलकम करो साडे अज दे स्पैशल गैसट दीपक बाली जी दा। जी हाँ, करो फिर स्वागत। आओ जी बैठो। बहुत बहुत थोड़ा स्वागत है जी साडे शो पंजाबीज दिस वीक दे विच। धन्यवाद जी, थोड़ा बहुत बहुत कि तुसी पंजाबीज दिस वीक दे विच मैनूं बुलाया और मैनूं बड़ा चंगा लगता क्योंकि PTC पहले ही बहुत दुनिया के वक् वक् हिस्सों पंजाबीयत नूं वक् वक् तरीके नाल लेके जा रहा और पंजाबीयत नूं फैलाउण दे विच एक पुल वांग काम कर रहा जी। सो तुसीं उस पुल की कड़ी च हिस्से च मैनूं बुलाया, मैं तुहाडा सारिआं दा बहुत धन्नवादी। ते तुसीं वी पंजाबीयत नूं पंजाबी मां बोली नूं बहुत प्यार करदे हो ते हुशियारपुर दे इक छोटे जिहे पिंड तों अज म्यूजिक इंडस्ट्री दे विच इन्ना वड्डा मुकाम है तुहाडा, तुसीं मुकाम हासिल कीता, अपनी जर्नी बारे सानूं दस्सो। मैं सोचदा जी मुकाम अपने आप तुसीं निरंतर इंसान ना लगन दे नाल किसे चीज़ नूं कम करे, डेडिकेशन उहदे विच होवे तुहाडी, है ना, इमानदारी होवे कम दे प्रति, सोच समाज पक्खी होवे ते तुहाडे अंदर माँ बाप वालों दिते चंगे गुणा का प्रभाव कबूल के तुसी जाओ तो अपने आप सफलतावां जिहड़ियां मिलदियां जांदियां। जी बिल्कुल सही कहा, ते इन्हां ने हमेशा मेहनत की है ते अज भी करदे ने, ते प्लाज़मा रिकॉर्ड्स नूं तुहाडे नाम दे नाल भी जोड़ांगी मैं क्योंकि तुसी ए दसो सारिआं नूं कि उह किद्दां बणी, उहदी प्लैनिंग किद्दां होई प्लाज़मा रिकॉर्ड्स दी। उह इस तरह आ भई निरसंदेह के जिहड़ियां पंजाब तों बाहर दीआं संगीत कंपनियां आ उहनां दा बहुत योगदान आ ਪੰਜਾਬੀ ਸੰਗੀਤ ਨੂੰ ਅੱਗੇ ਲਿਜਾਣ ਦੇ ਲਈ, ਅੱਗੇ ਵਧਾਉਣ ਦੇ ਲਈ। ਲੇਕਿਨ ਸਟਿਲ ਅਸੀਂ ਨਾ ਉਦੋਂ ਫੀਲ ਕਰਦੇ ਹੁੰਦੇ ਸੀ ਕਿ ਸਾਡੇ ਔਰ ਉਹਨਾਂ ਦੇ ਵਿਚਾਲੇ ਇੱਕ ਵਿਚਾਰਾਂ ਦਾ ਮਤਭੇਦ ਆ, ਤਾਂ ਸਾਨੂੰ ਇੱਕ ਘੁਟਨ ਮਹਿਸੂਸ ਹੁੰਦੀ ਸੀ ਕਿ ਜੋ ਜਿਸ ਤਰ੍ਹਾਂ ਦੀ ਸੋਚ ਵਿੱਚ, ਜਿਸ ਤਰ੍ਹਾਂ ਦੇ ਬਚਪਨ 'ਚ, ਜਿਸ ਤਰ੍ਹਾਂ ਦੇ ਮਾਹੌਲ 'ਚ ਅਸੀਂ ਡਿਵੈਲਪ ਹੋਏ ਹਾਂ, ਅਸੀਂ ਉਹਦੇ ਆਧਾਰ 'ਤੇ ਆਹ ਗੀਤ ਅਸੀਂ ਬਣਾਉਂਦੇ ਹਾਂ। ਕੰਮ ਦੀ ਆਜ਼ਾਦੀ ਜਿਹੜੀ ਆ ਉਹ ਕਿੰਨੇ ਕੁ ਪੈਸਿਆਂ ਨਾਲ ਮਿਲ ਸਕਦੀ ਆ। ਅਸੀਂ ਹਿਸਾਬ ਕਿਤਾਬ ਲਾਇਆ ਵੀ ਆਹ ਇੰਨੇ ਕੁ ਪੈਸੇ, ਚਲੋ 25-30-40-50 ਲੱਖ ਰੁਪਇਆ ਲਾ ਕੇ ਅਸੀਂ ਕਮ ਸੇ ਕਮ ਆਜ਼ਾਦ ਹੋ ਜਾਵਾਂਗੇ ਆਪਣੀ ਸੋਚ ਦੇ ਅਨੁਸਾਰ ਕੰਮ ਕਰਨ ਲਈ, ਫੈਸਲੇ ਆਪਣੇ ਆਪ ਲੈਣ ਲਈ। ਤਾਂ ਅਸੀਂ ਫਿਰ ਲਾ ਦਿੱਤਾ ਜੀ ਕਿਉਂਕਿ ਸਾਨੂੰ ਆਜ਼ਾਦੀ ਚਾਹੀਦੀ ਆ ਕਿ ਜਿਹੜੇ ਕਲਾਕਾਰ ਨੇ ਇਹ ਪਰਿੰਦੇ ਹੁੰਦੇ ਆ ਨਾ, ਇਹਨਾਂ ਨੂੰ ਖੁੱਲ੍ਹਾ ਅਸਮਾਨ ਚਾਹੀਦਾ, ਪਿੰਜਰੇ 'ਚ ਬੰਦ ਕਰਕੇ ਤੁਸੀਂ ਇਹਨਾਂ ਦੀ ਜਿਹੜੀ ਉਡਣ ਸ਼ਕਤੀ ਆ ਉਹਨੂੰ ਮਾਰ ਦਿਓਗੇ, ਘਟਾ ਦਿਓਗੇ। ਸੋ ਇਸ ਕਰਕੇ ਫਿਰ ਸਾਨੂੰ ਇਹ ਪਲੈਟਫਾਰਮ, ਕਿਉਂਕਿ ਗਾਇਕੀ ਨੂੰ ਮਾਰਕੀਟ ਤੱਕ, ਬਾਜ਼ਾਰ ਤੱਕ, ਲੋਕਾਂ ਤੱਕ ਪਹੁੰਚਾਉਣ ਲਈ ਕੰਪਨੀ ਜ਼ਰੂਰੀ ਆ। ਸੋ ਇਸ ਕਰਕੇ ਗਾਇਕੀ ਸਾਡੇ ਕੋਲ ਸੀ, ਗੀਤਕਾਰੀ ਸਾਡੇ ਘਰ 'ਚ ਸੀਗੀ, ਸੰਗੀਤ ਸਾਡੇ ਘਰ ਸੀਗਾ, ਸਿਰਫ ਇੱਕੋ ਹੀ ਪਲੈਟਫਾਰਮ ਸੀਗਾ ਉਹ ਕੰਪਨੀ ਦਾ, ਉਹ ਵੀ ਲਾ ਲਿਆ ਤਾਂ ਅਸੀਂ ਫਿਰ ਜਿਹੜਾ ਸਾਡਾ ਸੰਗੀਤ ਦਾ ਜਹਾਨ ਹੈ ਉਹ ਮੁਕੰਮਲ ਹੋ ਜਾਂਦਾ। ਕੀ ਬਾਤ ਹੈ, ਜਿਵੇਂ ਤੁਸੀਂ ਇੰਨੇ ਕਲਾਕਾਰਾਂ ਨੂੰ ਬਣਾਇਆ, ਤੁਹਾਡੀ ਕੰਪਨੀ ਦੇ ਵਿੱਚ ਇੰਨੇ ਸਾਰੇ ਕਲਾਕਾਰਾਂ ਨੇ ਗਾਇਆ, ਤੁਹਾਡਾ ਕਦੇ ਦਿਲ ਹੀ ਕੀਤਾ ਗਾਉਣ ਨੂੰ? ਅਤੇ ਪਹਿਲੀ ਤਾਂ ਗੱਲ ਹੈਗੀ ਇਹੀ ਹੈ ਜੀ, ਮੈਂ ਸੋਧ ਕਰਨੀ ਚਾਹੁੰਦਾ ਕਿ ਮੈਂ ਇਸ ਕਾਬਲ ਨਹੀਂ ਕਿ ਮੈਂ ਕਿਸੇ ਕਲਾਕਾਰ ਨੂੰ ਬਣਾ ਸਕਾਂ। ਮੈਂ ਤਾਂ ਇਹ ਸੋਚਦਾ ਕਿ ਕਲਾਕਾਰ ਕੰਪਨੀਆਂ ਸਿਰਜਦੇ ਆ, ਕੰਪਨੀਆਂ ਕਲਾਕਾਰ ਨਹੀਂ ਸਿਰਜ ਸਕਦੀਆਂ, ਕਿਉਂਕਿ ਕੰਪਨੀ ਦਾ ਇੱਕ ਦੁਕਾਨ ਆ, ਖਾਲੀ ਆ, ਇੱਕ ਕੰਪਿਊਟਰ ਦਾ ਹਾਰਡਵੇਅਰ ਆ, ਤੇ ਜਦ ਤੱਕ ਸੋਫਟਵੇਅਰ ਜਿਹੜੀ ਕਲਾ ਆ ਉਹਦੇ 'ਚ ਨਹੀਂ ਲੱਗਦੀ ਤਾਂ ਉਹ ਚੀਜ਼ਾਂ ਚੱਲ ਨਹੀਂ ਸਕਦੀਆਂ। ਖਾਸ ਕਰਕੇ ਮੈਨੂੰ ਉਸ ਤਰ੍ਹਾਂ ਦੇ ਲੋਕਾਂ ਨਾਲ ਕੰਮ ਕਰਕੇ ਸਹਿਜਤਾ ਮਹਿਸੂਸ ਹੁੰਦੀ ਆ ਜਿਹਨਾਂ ਨਾਲ ਮੇਰੀ ਵਿਚਾਰਾਂ ਦੀ ਸਾਂਝ ਹੋਵੇ, ਜਿਵੇਂ ਕਿ ਵਾਰਿਸ ਬ੍ਰਦਰਸ। ਹਾਂਜੀ ਬਿਲਕੁਲ, ਵਾਰਿਸ ਬ੍ਰਦਰਸ ਦੇ ਨਾਲ ਸਿਰਫ
काम का रिश्ता नहीं है जी, साडा भरावां दा रिश्ता, साडा परिवार दा रिश्ता, साडा विचार दा रिश्ता। असी जदों नहीं भी गीतां दी गल करदे उदों भी असी साहित्य दी गल करदे आ, उदों असी सुजीत पात्र होरां दीआं कोई नज़मां इक दूजे नूं सुणा लैंदे आ। पर इस तरह जदों असी संगीत नूं ਵਿਕਣ ਵਾਲੀਆਂ ਚੀਜ਼ਾਂ ਦੀ ਗੱਲ ਨਹੀਂ ਹੁੰਦੀ, ਤਦ ਵੀ ਸੰਗੀਤ ਤੇ ਸਾਹਿਤ ਦੀਆਂ ਗੱਲਾਂ ਹੁੰਦੀਆਂ। ਸੋ ਜਦ ਤੱਕ ਤੁਹਾਡੇ ਅੰਦਰ ਵਿਚਾਰਾਂ ਦੀ ਸਾਂਝ ਨਹੀਂ ਹੁੰਦੀ, ਤਦ ਤੱਕ ਤੁਸੀਂ ਲੰਮਾ ਚਿਰ ਔਰ ਇੱਕ ਜਿਹੜਾ ਨਿੱਗਰ ਕੰਮ ਜਿਹੜਾ ਹੈ ਉਹ ਨਹੀਂ ਕਰ ਸਕਦੇ। ਤੁਸੀਂ ਬਾਜ਼ਾਰੂ ਕੰਟਰੈਕਟ ਤਾਂ ਹੋ ਸਕਦੇ ਆ ਕਿ ਅਸੀਂ ਐਗਰੀਮੈਂਟ ਕਰ ਲਿਆ, ਪਰ ਜਦੋਂ ਤੱਕ ਇਹ ਜਿਹੜਾ ਖਾਸ ਤੌਰ 'ਤੇ ਜਿਹੜਾ ਕਲਾ ਦਾ ਕੰਮ ਹੈ ਨਾ ਜੀ, ਇਹਦੇ ਵਿੱਚ ਤੁਹਾਡੇ ਅੰਦਰ ਦੀ ਫੀਲਿੰਗ ਜੁੜੀ ਹੋਣੀ ਚਾਹੀਦੀ ਹੈ ਨਾ। ਇੱਕ ਮਤਲਬ ਟੈਪ ਬਣਾਉਣ ਵਾਲੀ ਕੰਪਨੀ ਦੀ ਪ੍ਰੋਡਕਸ਼ਨ ਨਹੀਂ ਹੈ ਵੀ ਮਾਡਲ ਤਿਆਰ ਕਰ ਦਿੱਤਾ ਤੇ ਉਹ ਉਹਦੀ ਰੀਪ੍ਰੋਡਕਸ਼ਨ 'ਚ ਹਜ਼ਾਰਾਂ ਪੀਸ ਬਣ ਜਾਣਗੇ। ਇਹ ਤਾਂ ਤੁਹਾਨੂੰ ਇੱਕ ਇੱਕ ਗੀਤ ਨਵਾਂ ਲਿਖਣ ਲਈ ਆਪਣੇ ਰੂਹ ਨੂੰ ਉਹਦੇ ਨਾਲ ਜੋੜਨਾ ਪੈਣਾ, ਤਦ ਉਹ ਚੀਜ਼ਾਂ ਤੇ ਤੁਹਾਡੀ ਸੋਚ ਵੀ ਵਾਰਿਸ ਬ੍ਰਦਰਸ ਦੇ ਨਾਲ ਮਿਲਦੀ ਹੋਏਗੀ। ਵਾਰਿਸ ਭਰਾਵਾਂ ਨਾਲ ਤੁਹਾਡੀ ਸੋਚ ਮਿਲੀ ਤੇ ਤੁਸੀਂ ਇੰਨੇ ਲੰਮੇ ਸਮੇਂ ਤੱਕ ਆਏ ਉਹਨਾਂ ਦੇ ਨਾਲ। ਬਿਲਕੁਲ ਜੀ, ਇਹ ਗੱਲ ਕਹਿੰਦੇ ਆ ਕਿ ਜਿਹੜੇ ਸਾਡੇ ਬਲੱਡ ਰਿਲੇਸ਼ਨ ਹੁੰਦੇ ਆ ਜੀ, ਉਹ ਸਾਡੀ ਚੁਆਇਸ ਨਹੀਂ ਹੁੰਦੇ, ਇਹ ਮਿੱਤਰ ਹੁੰਦੇ ਆ ਜਿਹੜੇ ਤੁਸੀਂ ਆਪਣੀ ਚੁਆਇਸ ਮੁਤਾਬਕ, ਆਪਣੀ ਸੋਚ ਮੁਤਾਬਕ, ਆਪਣੇ ਵਿਚਾਰਾਂ ਦੇ ਮੁਤਾਬਕ ਤੁਸੀਂ ਚੁਣ ਲੈਂਦੇ ਆ। ਸੋ ਉਸ ਤਰ੍ਹਾਂ ਨਾਲ ਅਸੀਂ ਅਸੀਂ ਸਕੂਲ 'ਚ, ਮੈਨੂੰ ਯਾਦ ਆ ਕਿ ਇਕੱਠੇ ਪੜ੍ਹਦੇ ਸੀ ਮੈਂ ਔਰ ਸੰਗਤਾਰ, ਸਾਡੀ ਸਕੂਲਿੰਗ ਇਕੱਠਿਆਂ ਦੀ ਹੈ ਜੀ, ਸਨ 86 ਤੋਂ ਅਸੀਂ ਇਕੱਠੇ ਸੀ। ਹਾਂਜੀ, ਜਦੋਂ 1993 'ਚ ਮਨਮੋਹਨ ਭਾਅ ਜੀ ਦੀ ਕੈਸੇਟ ਰਿਲੀਜ਼ ਤਿਆਰ ਹੋਈ ਗਹਿਰਾ ਨਾ ਪਿੰਗਾ ਝੂਟ ਦੀ ਹੈ, ਉਹ ਰਿਲੀਜ਼ ਕਰਨਾ ਸੀ ਅਤੇ ਮੈਂ ਉਦੋਂ MA ਪੰਜਾਬੀ ਦੀ ਕਰਕੇ ਜਿਸ ਸਕੂਲ 'ਚ ਪੜ੍ਹਿਆ ਸੀ ਉਸੇ ਸਕੂਲ 'ਚ ਬਤੌਰ ਅਧਿਆਪਕ ਪੜ੍ਹਾ ਰਿਹਾ ਸੀ 6-7 ਮਹੀਨੇ ਮੈਂ ਬਤੌਰ ਟੀਚਰ। ਮਤਲਬ ਮੈਂ ਜ਼ਿੰਦਗੀ ਜਿੱਦਣ ਅਖੀਰਲਾ ਪੇਪਰ ਦਿੱਤਾ ਉਸ ਤੋਂ ਅਗਲੇ ਦਿਨ ਸਕੂਲ 'ਚ ਪੜ੍ਹਾਉਣ ਲੱਗ ਪਿਆ ਉਸੇ ਸਕੂਲ 'ਚ, ਅਤੇ ਮੈਨੂੰ ਮਿਲੇ ਤਾਂ ਇਹ ਬਾਹਰੋਂ ਆਏ ਕੈਨੇਡਾ ਤੋਂ, ਅਤੇ ਭਾਅ ਜੀ ਨੇ ਕਿਹਾ ਕਿ ਇੱਦਾਂ ਕਰਕੇ ਟੇਪ ਤਿਆਰ ਕੀਤੀ ਆ, ਅਤੇ ਸੰਗਤਾਰ ਨੇ ਕਿਹਾ ਸੀ ਕਿ ਦੀਪਕ ਨਾਲ ਵੀ ਸਲਾਹ ਕਰੀ ਇਕੱਠੇ ਹੀ ਜਾਇਓ ਜਿੱਥੇ ਵੀ ਜਾਣਾ, ਅਤੇ ਭਾਅ ਜੀ ਕਹਿੰਦੇ ਚਲੀਏ ਫਿਰ, ਮੈਂ ਕਿਹਾ ਚਲੋ ਜੀ। ਫਿਰ ਅਸੀਂ ਆਪਣੀ ਮੰਜ਼ਿਲ, ਜਿੱਦਾਂ ਲੋਕੀ ਪੰਜਾਬ ਤੋਂ ਬੰਬੇ ਜਾਂਦੇ ਆ ਸਟਰਗਲ ਕਰਨ, ਐਂ ਅਸੀਂ ਆਪਣੇ ਪਿੰਡ 'ਚੋਂ ਜਲੰਧਰ ਸੰਘਰਸ਼ ਕਰ ਲਏ ਤੁਰ ਪਏ। ਪਾਛੋਂ ਸੰਘਰਸ਼ ਜਿਹੜਾ ਉਹ ਸਿਲ ਹਲੇ ਤੱਕ ਚੱਲ ਰਿਹਾ। ਮੈਂ ਹੁਣ ਅਜੇ ਮਿਊਜ਼ਿਕ ਇੰਡਸਟਰੀ ਦੀ ਗੱਲਾਂ ਕਰ ਰਹੀ ਹਾਂ, ਪਰ ਇਹਦੇ ਨਾਲ ਨਾਲ ਮੈਂ ਦੱਸਣਾ ਚਾਹਾਂਗੀ ਕਿ ਦੀਪਕ ਜੀ ਮਾਂ ਬੋਲੀ ਨੂੰ ਵੀ ਬਹੁਤ ਪਿਆਰ ਕਰਦੇ ਨੇ, ਇਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਦੇ ਲਈ ਬਹੁਤ ਕੁਛ ਕੀਤਾ ਜੀ, ਸਹੀ ਕਿਹਾ ਮੈਂ? ਮਾਂ ਬੋਲੀ ਨੇ ਮੇਰੇ ਲਈ ਕੀਤਾ ਜੀ, ਮੈਂ ਮਾਂ ਬੋਲੀ ਲਈ ਨਹੀਂ ਕੁਛ ਕਰ ਸਕਦਾ। ਜਿਸ ਪੰਜਾਬ 'ਚ ਮੈਂ ਜੰਮਿਆ ਜੀ, ਜਿਹਦਾ ਮੈਂ ਪਾਣੀ ਪੀਤਾ, ਜਿਹਦੀ ਹਵਾ 'ਚ ਸਾਹ ਲਿਆ, ਫਿਰ ਮੈਂ ਕਹਿੰਦਾ ਜੀ ਕਿ ਮੈਂ ਪੰਜਾਬ ਦਾ ਹਾਂ, ਮੈਂ ਪੰਜਾਬੀ ਹਾਂ, ਇਹ ਮੈਨੂੰ ਮਾਣ ਜਿਸ ਮਿੱਟੀ ਨੇ ਦਿੱਤਾ ਉਹਦੀ ਬਿਹਤਰੀ ਲਈ, ਉਹਦੇ ਪ੍ਰਚਾਰ ਪ੍ਰਸਾਰ ਲਈ, ਉਹਦੇ ਉਜਵਲ ਭਵਿੱਖ ਲਈ ਕੰਮ ਕਰਨਾ ਮੇਰਾ ਨਹੀਂ ਹਰ ਪੰਜਾਬੀ ਦਾ ਫਰਜ਼ ਬਣਦਾ। ਤੁਸੀਂ ਖੁਦ ਦੱਸੋ ਆਪਣੇ ਬਾਰੇ ਕੁਛ ਖਾਸ ਗੱਲ ਜਿਹੜੀ ਲੋਕਾਂ ਨੂੰ ਬਹੁਤ ਘੱਟ ਪਤਾ। ਇੱਕ ਬਹੁਤ ਅਹਿਮ ਭਾਰਤੀ ਸ਼ਾਸਤਰੀ ਸੰਗੀਤ ਦਾ ਸੰਮੇਲਨ ਆ ਸ਼੍ਰੀ ਬਾਬਾ ਹਰੀਵੱਲਭ ਸੰਗੀਤ ਸੰਮੇਲਨ, ਜਿਹੜਾ ਹਰ ਸਾਲ ਪਿਛਲੇ 141 ਸਾਲਾਂ ਤੋਂ ਜਲੰਧਰ 'ਚ ਹੋ ਰਿਹਾ। 1875 'ਚੋਂ ਸ਼ੁਰੂ ਹੋਇਆ ਸੀ ਔਰ ਹੁਣ 2017 'ਚ 142ਵਾਂ ਹਰੀਵੱਲਭ ਸੰਗੀਤ ਸੰਮੇਲਨ ਜਿਹੜਾ ਹੈ ਉਹ ਹੋ ਰਿਹਾ। ਉੱਥੇ ਸਮੁੱਚੇ ਭਾਰਤ ਦੇ ਸੰਗੀਤਕਾਰ ਆਉਂਦੇ ਨੇ, ਉੱਥੇ ਸੰਗੀਤ ਦਾ ਇੱਕ ਮਹਾਕੁੰਭ ਆ, ਉਹ ਇੱਕ ਮਿਆਰੀ ਸੰਗੀਤ ਆ ਜਿਹੜਾ ਮੇਰੀ ਰੂਹ ਦੇ ਬਹੁਤ ਨੇੜੇ ਆ, ਕਿਉਂਕਿ ਨੀਂਹ ਆ ਉਹ ਸਾਡੇ ਸਾਡੀ ਗਾਇਕੀ ਦੇ, ਸਾਡੇ ਇੱਕ ਸਮਾਜ ਦੀ, ਸਾਡੇ ਸੱਭਿਆਚਾਰ ਦੀ ਇੱਕ ਉਹ ਜੜ ਆ। ਸੋ ਉਸ ਚੀਜ਼ ਪ੍ਰਤੀ ਮੇਰੀ ਬਹੁਤ ਅਟੈਚਮੈਂਟ ਹੈ ਕਿ ਐਸਾ ਜਿਹੜਾ ਮਿਆਰੀ ਸੰਗੀਤ ਆ ਇਹ ਯੂਥ ਇਹਦੇ ਨਾਲ ਜੁੜੇ ਕਿਸੇ ਤਰ੍ਹਾਂ ਨਾਲ, ਤਾਂ ਕਿ ਪੰਜਾਬੀਅਤ ਦੇ, ਪੰਜਾਬ 'ਚ ਵਸਣ ਵਾਲੇ ਲੋਕਾਂ ਦਾ ਜਿਹੜਾ ਮਾਨਸਿਕ ਪੱਧਰ ਆ ਉਹ ਹੋਰ ਉੱਚਾ ਉੱਠੀ। ਬਹੁਤ ਅੱਛੇ ਵਿਚਾਰ ਨੇ ਦੀਪਕ ਜੀ ਤੁਹਾਡੇ, ਤੇ ਜਾਂਦੇ ਜਾਂਦੇ ਸਾਡੀ ਆਡੀਅੰਸ ਨੂੰ ਕੁਝ ਕਹਿਣਾ ਚਾਹੋਗੇ ਤਾਂ ਪਲੀਜ਼ ਜ਼ਰੂਰ ਕਹੋ। ਪੰਜਾਬੀ ਭਾਸ਼ਾ ਬਾਰੇ ਇੰਨਾ ਕੁ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਨਹੀਂ ਭਾਸ਼ਣ ਦੇ ਸਕਦੇ, ਤੁਸੀਂ ਨਹੀਂ ਕਾਨਫਰੰਸਾਂ ਕਰ ਸਕਦੇ, ਤੁਸੀਂ ਨਹੀਂ ਗੀਤ ਗਾ ਸਕਦੇ, ਅਗਰ ਹਰ ਇੱਕ ਪੰਜਾਬੀ ਪਰਿਵਾਰ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਸਿਖਾ ਦੇਗਾ ਤੇ ਦੁਨੀਆਂ 'ਚ ਕੋਈ ਪੰਜਾਬੀ ਪਰਿਵਾਰ ਐਸਾ ਨਹੀਂ ਹੋਏਗਾ ਜਿਸ ਪਰਿਵਾਰ 'ਚ ਪੰਜਾਬੀ ਭਾਸ਼ਾ ਨਹੀਂ ਹੋਏਗੀ। ਬਹੁਤ ਹੀ ਵੱਡੀ ਗੱਲ ਕਹੀ ਹੈ ਤੁਸੀਂ, ਜਾਂਦਿਆਂ ਜਾਂਦਿਆਂ ਵੀ ਉਹਨਾਂ ਨੇ ਇੰਨੀ ਸੋਹਣੀ ਗੱਲ ਕਹੀ ਹੈ, ਅਤੇ ਦੀਪਕ ਜੀ ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਅਤੇ ਇੰਨੀਆਂ ਵਧੀਆ ਗੱਲਾਂ ਕੀਤੀਆਂ, ਜ਼ਰੂਰ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਦੋਸਤੋ, ਇਹ ਸੀ ਖਾਸ ਮੁਲਾਕਾਤ ਅੱਜ ਦੀ ਸਪੈਸ਼ਲ ਪਰਸਨੈਲਿਟੀ ਦੀਪਕ ਬਾਲੀ ਦੇ ਨਾਲ, ਅਤੇ ਹੁਣ ਵੇਲਾ ਹੋ ਗਿਆ ਪਤਾ ਕਿੱਥੇ ਜਾਣ ਦਾ। ਮੈਂ ਕਿਹਾ ਜੀ ਇੱਕ ਕਹਾਣੀ ਦੀ ਅਗਲੀ ਕਹਾਣੀ, ਇੱਕ ਟਿਕਟ ਰਾਮਪੁਰਾ ਫੂਲ ਦੀ ਮੇਕਿੰਗ 'ਤੇ ਜਾਣ ਦਾ। ਆਓ ਫਿਰ ਅਸੀਂ ਸਾਰੇ ਮਿਲ ਕੇ ਚੱਲਦੇ ਹਾਂ ਅਤੇ ਦੇਖਦੇ ਹਾਂ ਇਸ ਫਿਲਮ ਦੀ ਮੇਕਿੰਗ।
यूथ ना जे साहित्य पढ़ूगा नहीं घट्टो घट देख के उन्होंने अंदर साहित्य की उत्तेजना जागूगी तो कहानियां भी बहुत ही वधिया कहानियां ने किसी मैसेज नूं लैके किसी थीम नूं लैके इस गल जो पी टी सी वधाई दे पात्र है। घंटे की इस एक कहानी जी पी टी सी ने अपना शुरू की है जी तो ये जरिए असी घट्टो घट एक साहित्य रीड कर सकते हैं पूरा 45 मिनट के सूँ साहित्य रीड कर मतलब एक वीडियो के जरिए फिल्म के जरिए शॉर्ट फिल्म के जरिए मौका मिलेगा। बहुत अच्छा इनिशिएटिव है क्योंकि जो अभी छोटे से ना तो असं देखते होंगे सी स्टार बेस्ट सैलर्स मैं उदा की फीलिंग आती है ये कहानी का कॉन्सैप्ट सुन के कि एक एक स्टोरी आएगी तो उस स्टोरी क्योंकि शॉर्ट स्टोरीज होन गया था टाइम मिलेगा सोचने लिए कि कौन राइटर सी यू नो मतलब जस्ट द होल प्रोसेस एंड द कॉन्सेप्ट इज वेरी नाइस। मैं ये कहानी है एक टिकट ये मैं चाची हूँ लड़की की जिदा पहला कोई अटैचमेंट होंगी है पर वो सारे पिंड की जिहड़ी जान पछाण मैं अचानक उन्हें मिल जाती हूँ जान पछाण पुछदी है तो क्योंकि ये उस लड़की के हाव भाव ने पिंड की जानकारी लैन ली तो मैं खुशी हो रही है कि वह जानकारी दे रही है। मेरा किरदार ये जस्सी नाँ का किरदार हैगा तो बहुत देसी मालवे का मुंडा जी है तो बाकी ये भी इस किरदार की एक बहुत ट्विस्ट है बड़ा कहानी लैके आता कितना कितने जाके तो मैं ज़्यादा रिवील नहीं कर सकता इस किरदार के बारे पर एक बहुत जिमें पिंडा दे विच हुंदा एक जिम्मेदारी हुंदी है माँ प्यो नहीं है भरा भी है उसकी जिम्मेदारी भी हैगी है तो अपना घर भी है फ्यूचर भी फ्यूचर बारे भी सोचता कुछ इदा का है तो एक टिपिकल कहानी मालवे बैल्ट की इन्होंने चकी हुई है। मैं पी टी सी का बहुत बहुत थैंक्स करना चाहता क्योंकि मैं भी एक न्यू कमर हाँ तो मैनू काम दिता इन्होंने मैनू मौका दिता तो जिहड़ा मेरा करैक्टर है वह नाम है मंगा वो बेसिकली एक शराबी है और मस्त मौला बंदा है तो मैनू बहुत तरह की इस थोड़ा वेरिएशन देखने को मिलेगी यदि बॉडी लैंगुएज के डील करता कि नहीं बाकी मैं तो सिर्फ एक कंकलूजन जो है अपने करैक्टर का सिर्फ इन्ना कर सकता भी ऑडियंस बहुत इंजॉय करेगी आपके वालों बहुत मेहनत की है जी। टोकरी कुछ पिया पढ़ ली देखांगे लकीरां कई बार मिटाउणियां बहुत औखियां हुंदियां ने। किशन साडी मुलाकात आखरी मुलाकात ही हो तो मैं करतूत नंगी करा के रहूंगी तेरा मैं कतर करवा के रहूंगी। हां जी फिर किदां दी लगी मेकिंग वधिया सी ना ओ मैं कहा जी फिल्म भी बड़ी घैंट है बस थोड़े टाइम च आ जानी पीटीसी पंजाबी दे तुसी आप ही देख लियो पर फिलहाल मैं थानू लैके चल रही हाँ एक ऐसी थां जिथे निके निके जे बच्चे पेन पेंसिलां जिहां छड्ड के कड़छियां चुकी फिरदे ने ते तुहानू पता की कर रहे ने ओ कड़छियां चुक के लजीज लजीज खाने बना रहे ने। हाँ जी इन्हां छोटे छोटे बच्चों के हत्थां दा जादू चलिया जी अमृतसर दे विच होए जूनियर शैफ कॉम्पीटिशन दे विच आओ आपां चलदे हाँ तो देखदे हाँ इन्हां बच्चों के हत्थां दा कमाल। अमृतसर में जूनियर शेफ इंटर स्कूल कॉम्पीटिशन करवाया गया जिथे स्टूडेंट्स ने सारे का दिल जित लिया। स्टूडेंट्स इस वक्रे टैलेंट नू अगे लैके आने का क्रेडिट ईडियट क्लब नू जांदा है। अमृतसर दे विच ये पहली रही हो रहा कि इंटर स्कूल जिहड़ा कुकिंग कंपीटिशन असीं करवा रहे हैं इहदे विच साडे कोल 150 दे करीब एंट्री सी असीं स्कूल ऑडिशन कीते ने बच्चों के उन्होंने जिहड़े आ 35 बच्चे जिहड़े आ जिन्हां नू चुण के साडे जज इत्थे लैके आए ने अज सैमीफाइनल दे विच ਤੇ ਉਹਦਾ ਸੈਮੀਫਾਈਨਲ ਤੋਂ ਬਾਅਦ ਜਿਹੜਾ ਫਾਈਨਲ ਹੋਏਗਾ ਉਹਦੇ ਵਿੱਚ 7 ਜਾਂ 8 ਬੱਚੇ ਅਸੀਂ ਲੈ ਕੇ ਜਾਵਾਂਗੇ। ਜਦੋਂ ਮੈਂ ਸੋਚਿਆ ਸੀ ਕਿ ਇਹ ਜੂਨੀਅਰ ਸ਼ੈਫ ਅਸੀਂ ਕਰਵਾਉਣਾ ਹੈ ਅਸੀਂ ਇਹ ਸੋਚਿਆ ਕਿ ਠੀਕ ਹੈ ਬੱਚੇ ਡਾਂਸ ਸਿੰਗਿੰਗ ਚੰਨੇ ਅੱਗੇ ਵੱਧ ਰਹੇ ਹੈ ਕੁਝ ਅਲੱਗ ਵੀ ਬੱਚੇ ਹੈ ਜਿਹੜੇ ਕੁਝ ਕਰਕੇ ਦਿਖਾਉਣਾ ਚਾਹੁੰਦੇ ਬਟ ਉਹਨਾਂ ਨੂੰ ਪਲੇਟਫਾਰਮ ਨਹੀਂ ਮਿਲਦਾ। ਬਹੁਤ ਮੁਸ਼ਕਿਲ ਮਾਲ ਆਫ ਅੰਮ੍ਰਿਤਸਰ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਹੋਰ ਕੋਈ ਸਾਥ ਦੇ ਨਹੀਂ ਰਿਹਾ ਸੀ ਇਹਨਾਂ ਨੇ ਸਾਥ ਦਿੱਤਾ ਪਲੇਟਫਾਰਮ ਦਿੱਤਾ
ਬਟ ਅਸੀਂ ਸੋਚਿਆ ਕਿ ਅਸੀਂ ਸੈਮੀਫਾਈਨਲ ਦੇ ਵਿੱਚ 15 ਬੱਚੇ ਲੈ ਕੇ ਆਵਾਂਗੇ, ਬਟ ਜਦੋਂ ਅਸੀਂ ਸਕੂਲ 'ਚ ਗਏ, ਬੱਚਿਆਂ ਦਾ ਪੈਸ਼ਨ ਦੇਖਿਆ, ਅਸੀਂ ਹੈਰਾਨ ਰਹਿ ਗਏ ਦੇਖ ਕੇ। ਆਈ ਥਿੰਕ ਮੈਂ ਵੀ ਇਹੋ ਜਿਹੀ ਕੁਕਿੰਗ ਕਦੀ ਨਹੀਂ ਕੀਤੀ। मुझे अपने इंडस्ट्री के अच्छे दिन दिखाई दे रहे हैं, क्योंकि बहुत सारे शेफ्स यहीं पे हैं, तो बहुत अच्छी अच्छी चीज़ें बन रही है, बच्चे बहुत इंटरेस्ट लेके बना रहे हैं, और जो ये कंपटीशन अरेंज किया है मॉल ऑफ अमृतसर ने, सो इट्स वेरी गुड इनिशिएटिव लिया है, इट्स वेरी नाइस, पीपल आर एंजॉयिंग इट। बहुत मज़ेदार कॉम्पिटिशन है, लाइव कुकिंग फर्स्ट टाइम इन अमृतसर इंटर स्कूल कॉम्पिटिशन, अराउंड 40 स्टूडेंट्स आई गेस, एंड बहुत वधिया लग रहा है देख के कि बच्चे इन्ना ज़्यादा पैशनेटली काम कर रहे ने, ते स्कूल्स भी मोटिवेट करन आए ने, पेरेंट्स भी मोटिवेट करन आए ने, देख के बहुत मज़ा आ रहा है। जूनियर शेफ कंपटीशन दी विनर डीएवी पब्लिक स्कूल दी चानी चोपड़ा रही, इस कंपटीशन नु जीतन दी खुशी साफ उना दे चेहरे ते झलक रही सी। आई एम जस्ट स्पीचलेस। सब तो पहला जो तो स्कूल से राउंड होया सी, मैंने गुलाबो कपकेक्स बनाए थे, एंड देन फॉर द सेकंड राउंड आई मेड मिर्ची दा हलवा, एंड फॉर द थर्ड राउंड आई कुक यूनिकॉर्न कपकेक्स। मैं बहुत खुश हाँ ताकि सब नु अपॉर्चुनिटी मिली है इस कारण, एंड देयर इज अ लॉट टू गो। अभी इस कंपटीशन ने ए प्रूफ कर दिता कि कुकिंग दे मामले विच वी साडे पंजाब दे बच्चे किसे तो घट नहीं। ਹਾਏ ਓ ਰੱਬਾ, ਆਹ ਨਿੱਕੇ ਨਿੱਕੇ ਬੱਚੇ ਕਿੰਨੀਆਂ ਸਵਾਦ ਸਵਾਦ ਡਿਸ਼ਿਜ਼ ਬਣਾ ਰਹੇ ਸੀ, ਮੇਰੇ ਤਾਂ ਮੂੰਹ 'ਚ ਪਾਣੀ ਆ ਗਿਆ, ਤੁਹਾਡੇ ਵੀ ਆਇਆ? ਅਰੇ ਮੂੰਹ 'ਚ ਪਾਣੀ ਦਾ ਜੇ ਹੋਰ ਆਏਗਾ ਜਦੋਂ ਸਾਡੇ ਅੱਜ ਦੇ ਸਪੈਸ਼ਲ ਸ਼ੈੱਫ ਬਣਾਉਣਗੇ ਤੁਹਾਡੇ ਸਾਰਿਆਂ ਦੇ ਲਈ ਕੇਲੇ ਦੀ ਟਿੱਕੀ। ਜੀ ਹਾਂ, ਕੀ ਹੋਇਆ, ਕੀ ਲੱਗਦਾ ਤੁਹਾਨੂੰ ਸਵਾਦ ਨਹੀਂ ਹੋਣੀ? ਓਹੋ, ਸਵਾਦ ਹੋਏਗੀ ਜੀ, ਸਵਾਦ ਹੋਏਗੀ, ਟੈਨਸ਼ਨ ਨਾ ਲਓ ਤੁਸੀਂ। ਆ ਤੁਸੀਂ ਆਪ ਹੀ ਦੇਖ ਲਓ, ਨਾਲੇ ਰੈਸਪੀ ਜ਼ਰੂਰ ਨੋਟ ਕਰਿਓ, ਘਰੇ ਬਣਾਇਓ, ਸਵਾਦ ਨਾਲ ਖਾਇਓ। ਚਲੋ ਅਸੀਂ ਚੱਲਦੇ ਹਾਂ ਅਤੇ ਦੇਖਦੇ ਹਾਂ ਸ਼ੈੱਫ ਕਿੱਦਾਂ ਬਣਾਉਂਦੇ ਨੇ ਕੇਲੇ ਦੀ ਟਿੱਕੀ। बहुत ही क्रंची, क्रिस्पी, अच्छे फ्लेवर्स हैं, आप इसको आसानी से अपने घर में ट्राई कर सकते हैं और अपने गेस्ट को, अपने फैमिली मेंबर्स को खिला सकते हैं। हाँ जी, किद्दां दी लगी फिर डिश? किथे जा रहे हो जी? अच्छा, केले दी टिक्की बनाओ। मैं क्या बनाओ बनाओ जी, बस अब मेरा भी टाइम खत्म हो गया, मैं भी जाके केले दी टिक्की बनानी है। पर थानू ये साडा एपिसोड किद्दां दा लग्गिया अपनी फीडबैक देना ना भुल्यो। मेरे वालों यानी कि जसविंदर चीमा वालों थानू सारे नू प्यार भरी सत श्री अकाल।